ਪੰਜਾਬੀ ਖਿੜਕੀ ਦਾ YouTube ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਸਭ ਤੋਂ ਪਹਿਲਾਂ ਅਪਡੇਟ ਪਾਉਣ ਲਈ। ਅਤੇ ਅੱਜ ਅਸੀਂ ਤੁਹਾਨੂੰ ਮਨਦੀਪ ਕੌਰ ਸਿੱਧੂ ਜੀ ਨਾਲ ਮਿਲਾਉਣ ਜਾ ਰਹੇ ਹਾਂ। ਵੈਸੇ ਤਾਂ ਉਹ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹੈ, ਉਹ smile.care ਕਰਕੇ ਇੱਕ NGO ਚਲਾ ਰਹੇ ਨੇ, ਉਹਨਾਂ ਦੇ ਫਾਊਂਡਰ ਨੇ, ਅਤੇ ਖਾਸ ਤੌਰ 'ਤੇ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਅਕਸਰ ਦੇਖਦੇ ਰਹਿੰਦੇ ਹੋ। ਸਕੂਲਸ ਦੇ ਵਿੱਚ ਜਾ ਕੇ ਸ਼ੂਜ਼ ਡਿਸਟ੍ਰੀਬਿਊਟ ਕਰਦੇ ਨੇ, ਖਾਸ ਤੌਰ 'ਤੇ ਸਰਕਾਰੀ ਸਕੂਲਾਂ ਜਿੱਥੇ ਗਰੀਬ ਬੱਚੇ ਪੜ੍ਹਦੇ ਨੇ। ਹੋਰ ਵੀ ਉਹ ਸਮਾਜ ਸੇਵੀ ਕੰਮ ਕਰਦੇ ਰਹਿੰਦੇ ਨੇ। ਮਨਦੀਪ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ, ਅਗਰ ਮੈਂ ਪੁੱਛਾਂ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਚੈਲੰਜ ਕੀ ਫੇਸ ਕਰਨੇ ਪੈਂਦੇ ਜਦੋਂ ਤੁਸੀਂ ਇੱਦਾਂ ਦੇ ਕੰਮ ਕਰਦੇ ਹੋ? ਰੱਬ ਦੀ ਬੜੀ ਮਿਹਰ ਆ ਮੇਰੇ 'ਤੇ। ਸੋ ਐਸ ਸੱਚ ਚੈਲੇਂਜਸ ਨੋਰਮਲੀ ਤਾਂ ਆਉਂਦੇ ਰਹਿੰਦੇ ਨੇ, ਬਟ ਫਿਰ ਵੀ ਐਸ ਸੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਚੈਲੇਂਜ ਆ। ਲੋਕ ਬਹੁਤ ਪਿਆਰ ਕਰਦੇ ਨੇ, ਸਾਡੇ ਡੋਨਰਸ ਬਹੁਤ ਸਾਥ ਦਿੰਦੇ ਨੇ ਜੀ, ਅਤੇ ਫਿਰ ਵੀ ਟਾਈਮ ਕਿਤੇ ਨਾ ਕਿਤੇ ਇੱਕ ਚੈਲੇਂਜ ਬਣ ਜਾਂਦਾ ਕਿ ਜਿੰਨਾ ਟਾਈਮ ਮੈਂ ਕੱਢਣਾ ਚਾਹੁੰਦੀ ਹਾਂ ਆਪਣੇ ਸੋਸ਼ਲ ਵਰਕ ਲਈ, ਉਹ ਕਦੀ ਨਹੀਂ ਨਿਕਲ ਪਾਉਂਦਾ। ਅਤੇ ਅਗਰ ਮੈਂ ਤੁਹਾਨੂੰ ਤੁਹਾਡੀ ਗੱਲ ਕਰਾਂ, ਤੁਸੀਂ ਕੀ ਕੀ ਸੋਚਦੇ ਹੋ ਜੋ ਅੱਜ ਦੇ ਨੌਜਵਾਨ ਹੈ ਉਹ ਕਿਤੇ ਨਾ ਕਿਤੇ ਆਪਦੇ ਫੋਕਸ ਤੋਂ ਭਟਕੇ ਹੋਏ ਹੈ? ਤੁਸੀਂ ਵੀ ਇੱਕ ਯੂਥ ਨੂੰ ਰੀਪ੍ਰਜੈਂਟ ਕਰਦੇ ਹੋ, ਤੁਸੀਂ ਇੰਨੇ ਜ਼ਿਆਦਾ ਫੋਕਸਡ ਕਿਵੇਂ ਹੋਏ? ਫੋਕਸਡ ਜਿਹੜਾ ਬਹੁਤ ਜ਼ਰੂਰੀ ਆ ਹੁਣ, ਅਤੇ ਸੀਰੀਅਸਨੈਸ ਮੈਨੂੰ ਲੱਗਦਾ ਕਿ ਯੂਥ ਵਿੱਚ ਵੀ ਸੀਰੀਅਸਨੈਸ ਦੀ ਬਹੁਤ ਜ਼ਰੂਰਤ ਆ। ਸਾਡਾ ਪੰਜਾਬ ਜਿਹੜਾ ਹੈ ਉਹ ਸਾਰਾ ਹੀ ਐਂਟਰਟੇਨਮੈਂਟ ਵਾਲੀ ਸਾਈਡ 'ਤੇ ਜਾਈ ਜਾ ਰਿਹਾ, ਅਤੇ ਹਰ ਚੀਜ਼ 'ਚ ਜਿਹੜੀ ਆ ਉਹ ਇੱਕ ਕਹੋ ਕਿ ਜੇ ਆਪਾਂ ਸਿੰਗਿੰਗ ਲਾਈਏ ਉਹਦੀ ਵੀ ਇਹਨੂੰ ਇੱਕ ਸੀਰੀਅਸਨੈਸ ਦੀ ਲੋੜ ਆ ਕਿ ਵਾਕਈ ਜੋ ਅੱਜ ਦੀ ਡਿਮਾਂਡ ਆ ਜਾਂ ਜੋ ਪੋਜ਼ਿਟਿਵ ਚੀਜ਼ ਆ ਉਹਨੂੰ ਆਪਾਂ ਚੂਜ਼ ਕਰੀਏ। ਜੇ ਕੋਈ ਲਿਖਦਾ ਵਾ ਉਹ ਵੀ ਸੋਸ਼ਲ ਇਸ਼ੂਜ਼ ਜਾਂ ਵਾਕਈ ਇਹਨੂੰ ਜਿਹੜੀ ਰਾਈਟ ਚੀਜ਼ ਆ ਸਮਾਜ ਨੂੰ ਅੱਗੇ ਲੈ ਕੇ ਜਾ ਰਹੀ ਹੈ, ਉਸ ਤਰ੍ਹਾਂ ਅਸੀਂ ਸੋਚੀਏ। ਸੋ ਮੈਨੂੰ ਲੱਗਦਾ ਕਿ ਮੇਰੀ ਬੜੀ ਇੱਕ ਸਾਦੀ ਜੀ ਇੱਕ ਵਿਲੇਜ ਦੀ ਬੈਕਗਰਾਊਂਡ ਆ ਮੇਰੀ, ਅਤੇ ਮੈਂ ਬਹੁਤ ਸਾਰੇ ਇਹਨੂੰ ਲੋਕਾਂ ਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਹੀ ਵੇਖਿਆ ਕਿ ਜਿਨ੍ਹਾਂ ਨੇ ਗਰੋ ਕੀਤਾ ਹੈ ਅਤੇ ਗਰੋ ਜਿਨ੍ਹਾਂ ਨੂੰ ਕਰਨ ਦੀ ਹੋਰ ਵੀ ਲੋੜ ਆ, ਉਹਨਾਂ ਨੂੰ ਲਿਫਟ ਅਪ ਕਰਨ ਦੀ ਜ਼ਰੂਰਤ ਆ। ਸੋ ਯੂਥ ਨੂੰ ਵੀ ਮੇਰਾ ਇਹੀ ਮੈਸੇਜ ਆ ਕਿ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਜਿਹੜਾ ਉਹ ਅਸੀਂ ਇਹਨੂੰ ਸੀਰੀਅਸਲੀ ਲਈਏ, ਅਤੇ ਬਾਕੀ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ ਸਾਡੇ ਮਾਇੰਡ 'ਚ ਜਿਹੜਾ ਡ੍ਰੀਮ ਹੋਣਾ ਚਾਹੀਦਾ। ਅਤੇ ਅਗਰ ਮੈਂ ਗੱਲ ਕਰਾਂ, ਜਿੱਦਾਂ ਤੁਹਾਡੀ ਇਹ NGO ਹੈ, ਤੁਸੀਂ ਸੋਸ਼ਲ ਮੀਡੀਆ 'ਤੇ ਅਕਸਰ ਦਿਸਦੇ ਹੋ, ਤੁਸੀਂ ਸ਼ੂਜ਼ ਡਿਸਟ੍ਰੀਬਿਊਟ ਕਰਦੇ ਹੋ, ਤਾਂ ਤੁਸੀਂ ਸ਼ੂਜ਼ ਹੀ ਕਿਉਂ ਚੁਣੇ? ਮਤਲਬ ਕੋਈ ਹੋਰ ਵਿਕਲਪ ਕਿਉਂ ਨਹੀਂ ਚੁਣਿਆ ਸੋਸਾਇਟੀ ਦੀ ਵੈਲਫੇਅਰ ਦੇ ਲਈ? ਸ਼ੂਜ਼ ਬਹੁਤ ਇੱਕ ਇੰਪੋਰਟੈਂਟ ਆਈਟਮ ਆ, ਖਾਸ ਕਰਕੇ ਸ਼ੂਜ਼ ਦਾ ਜ਼ਿਆਦਾ ਕਨੈਕਸ਼ਨ ਹੈਗਾ ਪੈਰਾਂ ਨੂੰ ਸਾਫ਼ ਰੱਖਣ ਨਾਲ। ਸੋ ਬਹੁਤ ਸਾਰੀਆਂ ਬਿਮਾਰੀਆਂ ਨੇ ਬੱਚਿਆਂ ਨੂੰ ਜਿਹੜੀਆਂ ਕਿ ਪੈਰਾਂ ਦੇ ਥਰੂ ਹੁੰਦੀਆਂ, ਅਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਪੈਰਾਂ ਦੇ ਥਰੂ ਹੋ ਰਹੀਆਂ। ਅਤੇ ਵੈਸੇ ਵੀ ਜਦੋਂ ਅਸੀਂ ਜ਼ਰੂਰਤਮੰਦ ਪਿੰਡਾਂ ਨੂੰ ਦੇਖਦੇ ਹਾਂ ਜਾਂ ਬੱਚਿਆਂ ਨੂੰ ਦੇਖਦੇ ਹਾਂ ਜਾਂ ਸਕੂਲਾਂ ਨੂੰ ਦੇਖਦੇ ਹਾਂ, ਤਾਂ ਅਸੀਂ ਅਕਸਰ ਇਹ ਦੇਖਦੇ ਹਾਂ ਕਿ ਪਰ ਸਰਦੀ ਦੇ ਵਿੱਚ ਵੀ ਬੱਚੇ ਜਿਹੜੇ ਉਹ ਚੱਪਲਾਂ ਜਾ ਰਹੇ ਨੇ, ਜਾਂ ਕੋਈ ਨਾ ਕੋਈ ਬੱਚਾ ਤੁਹਾਨੂੰ ਮਿਲ ਜਾਏਗਾ ਜਿਹੜਾ ਨੰਗੇ ਪੈਰ ਹੀ ਆ ਰਿਹਾ। ਸੋ ਮੇਰੇ ਪਰਸਨਲੀ ਮਨ ਨੂੰ ਟੋਂਦਾ ਹੈ ਕਿ ਮੈਂ ਕਿਸੇ ਨੂੰ ਨੰਗੇ ਪੈਰੀ ਨਹੀਂ ਦੇਖ ਸਕਦੀ। ਸੋ ਮੇਰਾ ਮਨ ਕਰਦਾ ਕਿ ਮੈਂ ਇਹਨੂੰ ਇਸੇ ਮਿਸ਼ਨ ਨੂੰ ਜਿਹੜਾ ਅੱਗੇ ਵਧਾਵਾਂ। ਇਹ ਵੀ ਮੇਰਾ ਮੰਨਣਾ ਹੈ ਕਿ ਇੱਕ ਹੀ ਚੀਜ਼ ਅਸੀਂ ਚੰਗੀ ਤਰ੍ਹਾਂ ਕਰ ਲਈਏ, ਮੈਨੂੰ ਲੱਗਦਾ ਕਿ ਉਹੀ ਸਾਡੀ ਜ਼ਿੰਦਗੀ ਲਈ ਇਨਫ ਹੈਗੀ ਆ। ਸੋ ਰੱਬ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਲੋਕਾਂ ਨੂੰ ਜੋੜਿਆਂ ਦੀ ਸੇਵਾ ਕਰ ਸਕਾਂ। ਸੋ ਮੈਂ ਉਹ 'ਚ ਖੁਸ਼ ਹਾਂ। ਅਤੇ ਮਤਲਬ ਤੁਸੀਂ ਆਪਦੇ NGO ਦਾ ਨਾਮ smiles.care ਕਰਕੇ ਰੱਖਿਆ, ਇਹ ਜਿਹੜਾ ਨਾਮ ਹੈ ਇੱਕ ਮਤਲਬ ਕੀ ਸੋਚ ਲੈ ਕੇ ਤੁਸੀਂ ਚੱਲੇ ਹੋ? ਜਦੋਂ ਵੀ ਅਸੀਂ ਕਿਸੇ ਨੂੰ ਕੁਛ ਦਿੰਦੇ ਹਾਂ ਜਾਂ ਕੋਈ ਵੀ ਸਾਡਾ ਮੌਕਾ ਬਣਦਾ ਕਿ ਕਿਸੇ ਦੀ ਹੈਲਪ ਕਰਦੇ ਹਾਂ, ਸੋ ਉਹਦੇ ਪਿੱਛੇ ਮਕਸਦ ਸਾਰਾ ਇਹੀ ਹੁੰਦਾ ਕਿ ਉਹਦੀ ਲੋੜ ਪੂਰੀ ਕਰਨੀ ਅਤੇ ਉਹਨੂੰ ਖੁਸ਼ ਦੇਖਣਾ। ਸੋ ਮੈਨੂੰ ਲੱਗਦਾ ਕਿ ਮੁਸਕਰਾਹਟਾਂ ਦਾ ਖਿਆਲ ਰੱਖੋ, ਜਿਵੇਂ ਕਿ ਮੈਂ ਹਮੇਸ਼ਾ ਆਪਣੇ ਸੋਸ਼ਲ ਮੀਡੀਆ 'ਤੇ ਪਾਉਂਦੀ ਰਹਿੰਦੀ ਹਾਂ ਟੈਗਲਾਈਨ। ਸੋ ਸਮਾਈਲ ਇਜ਼ ਲਾਈਕ ਕਿ ਵੀ ਸ਼ੁੱਡ ਟੇਕ ਕੇਅਰ ਆਫ ਸਮਾਈਲ ਆਫ ਅਦਰਸ। ਮਨਦੀਪ ਕੌਰ ਸਿੱਧੂ ਅੱਜ ਤੱਕ ਕਿੰਨੀਆਂ ਕੁ ਸਮਾਈਲਾਂ ਵੰਡ ਚੁੱਕੀ ਹੈ? ਅਸੀਂ ਹੁਣ ਤੱਕ 16,800 ਸ਼ੂਜ਼ ਜਿਹੜੇ ਆ ਅਸੀਂ ਦੇ ਚੁੱਕੇ ਹਾਂ ਅਲੱਗ ਅਲੱਗ ਐਲੀਮੈਂਟਰੀ ਸਕੂਲਸ। 346 ਕੈਂਪੇਨਸ ਅੱਜ ਦੇ ਦਿਨ ਤੱਕ ਅਸੀਂ ਕੰਪਲੀਟ ਕੀਤੇ। ਤੁਸੀਂ ਕੰਪਲੀਟ ਕਰ ਲਏ, ਤੇ ਅਗਰ ਮੈਂ ਫਿਰ ਯੂਥ ਦੇ ਉੱਤੇ ਆਊਂਗਾ, ਯੂਥ ਕਿਤੇ ਨਾ ਕਿਤੇ ਆਇਲਸ ਕਰਕੇ ਬਾਹਰ ਜਾਣ ਦੇ ਉੱਤੇ ਵੀ ਲੱਗਿਆ ਹੋਇਆ, ਤੁਹਾਨੂੰ ਕੀ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਜਾਂ ਯੂਥ ਕੰਮ ਕਰਨਾ ਨਹੀਂ ਚਾਹੁੰਦਾ? ਮੇਰਾ ਨਿੱਜੀ ਤਜਰਬਾ ਹੈ, ਮੈਨੂੰ ਖੁਦ ਜਿਹੜੇ ਆ ਉਹ 6 ਸਾਲ ਹੋ ਗਏ ਨੇ ਆਪਣਾ ਖੁਦ ਦਾ ਬਿਜ਼ਨਸ ਕਰਦੇ। ਮੈਂ ਇੱਕ IT ਕੰਪਨੀ ਰਨ ਕਰਦੀ ਹਾਂ ਅਤੇ ਬੜੀ ਸਕਸੈਸਫੁਲੀ ਆਪਣੇ ਵਿਲੇਜ ਵਿੱਚ ਹੀ ਮੈਂ IT ਕੰਪਨੀ ਸੈਟਅਪ ਕੀਤੀ ਹੈ, ਜਿੱਥੇ ਆਲਮੋਸਟ 50 ਜਾਣੇ ਮੇਰੇ ਨਾਲ ਕੰਮ ਕਰਦੇ ਨੇ। ਅਤੇ ਮੈਂ ਖੁਦ 0 ਤੋਂ ਸ਼ੁਰੂ ਕੀਤਾ, ਮੈਂ ਉਸ ਇਸ ਤਰ੍ਹਾਂ ਦਾ ਬਿਜ਼ਨਸ ਸੈਟਅਪ ਕੀਤਾ ਕਿ ਮੈਂ ਖੁਦ ਕਦੀ ਅੱਜ ਤੱਕ ਬਿਜ਼ਨਸ ਲੋਨ ਨਹੀਂ ਲਿਆ, ਰਾਈਟ? ਸੋ ਇੱਕ ਪ੍ਰੋਫਿਟੇਬਲ ਕੰਪਨੀ ਖੜ੍ਹੀ ਕੀਤੀ ਆ ਆਪਣੇ ਸਕਿੱਲਸ ਦੇ ਸਦਕਾ ਕਹਿ ਸਕਦੇ ਹੋ, ਆਪਣੀ ਪੜ੍ਹਾਈ ਦੇ ਸਦਕਾ ਅਸੀਂ ਕਹਿ ਸਕਦੇ ਹਾਂ। ਸੋ ਜਿਹੜਾ ਇੱਥੇ ਨਹੀਂ ਕਰ ਪਾਏਗਾ, ਮੈਨੂੰ ਲੱਗਦਾ ਕਿ ਉਹਦੇ ਲਈ ਦੂਸਰੇ ਕੰਟਰੀਜ਼ ਵਿੱਚ ਵੀ ਬਹੁਤ ਔਖਾ ਹੈ।
ਇੱਥੇ ਨਹੀਂ ਜੇ ਤੁਸੀਂ ਡਾਕਟਰ ਬਣ ਸਕਦੇ ਇੰਨੀ ਯੂ ਨੋ ਕੰਪੀਟੀਸ਼ਨ ਘੱਟ ਹੈ ਇੱਥੇ ਅਤੇ ਫਿਰ ਬਾਹਰ ਜਾ ਕੇ ਵੀ ਬਣਨਾ ਜਿਹੜਾ ਬਹੁਤ ਔਖਾ ਹੈ ਬਾਹਰ ਜਾ ਕੇ ਫਿਰ ਹਮੇਸ਼ਾ ਔਡ ਜੋਬਸ ਹੀ ਚੁਣਨਗੇ ਜਿਹਦੇ ਵਿੱਚ ਪੈਸਾ ਤਾਂ ਹੋਏਗਾ ਪਰ ਜਿਹੜੀ ਡਿਗਨਿਟੀ ਆ ਜਾਂ ਅਸੀਂ ਕਹਿ ਸਕਦੇ ਕਿ ਜਿਹੜਾ ਲੈਵਲ ਆਫ ਸਾਡੇ ਪੇਰੈਂਟਸ ਨੇ ਸਾਨੂੰ ਜਿਸ ਸੋਚ ਨਾਲ ਪੜ੍ਹਾਉਂਦੇ ਆ ਸ਼ਾਇਦ ਕਿਤੇ ਨਾ ਕਿਤੇ ਉਹ ਡ੍ਰੀਮਸ ਅਸੀਂ ਪੂਰੇ ਨਹੀਂ ਕਰ ਪਾਉਂਦੇ ਬਾਕੀ ਕਿਰਤ ਕਰਨੀ ਉਹ ਤਾਂ ਕਿਸੇ ਵੀ ਕੰਟਰੀ 'ਚ ਜਾ ਕੇ ਕੀਤੀ ਜਾ ਸਕਦੀ ਹੈ ਅਤੇ ਪਿਆਰ ਕਰਨਾ ਵੀ ਹਰ ਕੰਟਰੀਜ਼ ਨੂੰ ਸਾਰੀ ਦੁਨੀਆ ਰੱਬ ਨੇ ਬਣਾਈ ਆ ਬਟ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਜਿਹੜੀਆਂ ਜਿਹੜੀ ਮਿੱਟੀ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਸਾਨੂੰ ਉਹਨੂੰ ਇਹਨੂੰ ਇੱਦਾਂ ਛੱਡ ਕੇ ਨਹੀਂ ਜਾਣਾ ਚਾਹੀਦਾ ਸਾਨੂੰ ਕੁਛ ਨਾ ਕੁਛ ਜਿਹੜਾ ਵਾ ਆਪਣੇ ਪੰਜਾਬ ਲਈ ਕਰਨਾ ਚਾਹੀਦਾ ਆਪਣੇ ਦੇਸ਼ ਲਈ ਕਰਨਾ ਚਾਹੀਦਾ ਅਤੇ ਆਈਲਸ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਹਰ ਕੋਈ ਬਾਹਰ ਜਾ ਰਿਹਾ ਕਿਤੇ ਨਾ ਕਿਤੇ ਮੈਨੂੰ ਖੁਦ ਫੀਲ ਹੁੰਦਾ ਕਿ ਯੂਨੋ ਬੱਚਿਆਂ ਦੀ ਜਿਹੜੀ ਗਾਈਡੈਂਸ ਆ ਉਹ ਸਹੀ ਨਹੀਂ ਹੈਗੀ ਘਰ ਉੱਥੇ ਉਹ ਸਟਰਗਲ ਹੀ ਰਹੇ ਆ ਜਾ ਕੇ ਤਾਂ ਕਿ ਹਾਂਜੀ ਹਾਂ ਤੇ ਅਗਰ ਅਗਰ ਮੈਂ ਤੁਹਾਡੇ smiles.care ਦੀ ਗੱਲ ਕਰਾਂ ਕੀ ਤੁਹਾਡੇ ਫਿਊਚਰ ਪਲਾਨਸ ਕੀ ਹੈ ਚਲੋ ਅੱਜ ਤੁਸੀਂ ਸ਼ੂਜ਼ ਡਿਸਟ੍ਰੀਬਿਊਟ ਕਰ ਰਹੇ ਹੋ ਤੁਸੀਂ ਮੰਨ ਲਓ ਇਹ ਅਚੀਵ ਕਰ ਲੈਨੇ ਹੋ ਇਸ ਤੋਂ ਬਾਅਦ ਕੀ ਕਰੋਗੇ ਸੋ ਸ਼ੂਜ਼ ਦਾ ਹੀ ਮੈਂ 50,000 ਦਾ ਟਾਰਗੇਟ ਲਿਆ ਹੈ ਅਤੇ ਤੁਸੀਂ ਦੇਖੋ ਕਿ 3 ਸਾਲਾਂ 'ਚ ਅਸੀਂ ਆਲਮੋਸਟ 16,000-17,000 ਸ਼ੂਜ਼ ਹੀ ਦੇ ਪਾਏ ਹਾਂ ਸੋ ਮੈਂ ਸ਼ੂ ਗਿਵਿੰਗ ਹੀ ਅੱਗੋਂ ਕੰਟੀਨਿਊ ਕਰਨਾ ਚਾਹਾਂਗੀ ਬਸ ਇਹ ਜ਼ਰੂਰ ਚਾਹਾਂਗੀ ਕਿ ਮੈਂ ਉਹਨਾਂ ਥਾਵਾਂ 'ਤੇ ਪਹੁੰਚਾਂ ਦੂਸਰੀਆਂ ਸਟੇਟਸ ਵੀ ਹਨ ਦੂਸਰੀਆਂ ਕੰਟਰੀਜ਼ ਵੀ ਜਿੱਥੇ ਇਸੇ ਚੀਜ਼ ਦੀ ਜ਼ਰੂਰਤ ਆ ਉਹ ਮੈਂ ਉੱਥੇ ਜਿਹੜੀ ਆ ਉਹ ਮੈਂ ਲੋੜ ਪੂਰੀ ਕਰਾਂ ਸੋ ਮੇਜਰ ਮੇਰਾ ਫੋਕਸ ਆ ਜਿਹੜਾ ਉਹ ਸ਼ੂ ਗਿਵਿੰਗ 'ਤੇ ਰਹੇਗਾ ਰੈਸਟ ਮੇਰਾ ਜਿਹੜਾ ਸੈਕੰਡਰੀ ਫੋਕਸ ਆ ਜਿਵੇਂ ਕਿ ਮੇਰਾ ਈਵਨਿੰਗ ਸਕੂਲ ਆ ਸਾਡੇ ਉੱਥੇ 3 ਸਾਲ ਤੋਂ ਫ੍ਰੀ ਈਵਨਿੰਗ ਸਕੂਲ ਅਸੀਂ ਚਲਾ ਰਹੇ ਬੱਚੇ ਬੜੀਆਂ ਅੱਛੀਆਂ ਪੁਜ਼ੀਸ਼ਨਸ ਲੈ ਰਹੇ ਸਾਡੇ ਈਵਨਿੰਗ ਸਕੂਲ 'ਚ ਪੜ੍ਹ ਕੇ ਆਪਣੇ ਸਕੂਲਾਂ 'ਚ ਇਹਨੂੰ ਵਧੀਆ ਪੁਜ਼ੀਸ਼ਨਸ ਲੈ ਰਹੇ ਸੋ ਐਜੂਕੇਸ਼ਨ ਵੀ ਮੇਰਾ ਮੇਜਰ ਏਜੰਡਾ ਹੋਏਗਾ ਫਿਊਚਰ 'ਚ ਮੇਰੀ ਐਨ ਜੀ ਓ ਦਾ ਤੇ ਇੱਕ ਤੁਸੀਂ ਇੰਨੇ ਜ਼ਿਆਦਾ ਪੋਜ਼ਿਟਿਵ ਹੋ ਜੀ ਇਹ ਪੋਜ਼ਿਟਿਵਿਟੀ ਕਿੱਥੋਂ ਆਉਂਦੀ ਹੈ ਤੁਹਾਡੇ ਵਿੱਚ ਪੋਜ਼ਿਟਿਵਿਟੀ ਮੇਰੇ ਅੰਦਰ ਮੈਨੂੰ ਇਹ ਲੱਗਦਾ ਕਿ ਮੈਂ ਬਹੁਤ ਇਨ ਡੈਪਥ ਜਿਹੜਾ ਵਾ ਉਹ ਇੱਕ ਯੂ ਨੋ ਇਮੋਸ਼ਨਸ ਜਿਹੜਾ ਮੇਰਾ ਮਾਇੰਡ ਇੱਦਾਂ ਦਾ ਕਿ ਕੈਚ ਕਰ ਲੈਂਦਾ ਸੋ ਰੀਅਲੀ ਮੇਰਾ ਅੰਦਰੋਂ ਦਿਲ ਕਰਦਾ ਕਿ ਜੇ ਰੱਬ ਨੇ ਮੇਰੇ 'ਤੇ ਇੰਨੀ ਮਿਹਰ ਕੀਤੀ ਆ ਵਧੀਆ ਯੂ ਨੋ ਸਟੱਡੀ ਆਪਣੀ ਕੰਪਲੀਟ ਕੀਤੀ ਆ ਇੱਕ ਅਕੈਡਮਿਕਲੀ ਗੁੱਡ ਸਟੂਡੈਂਟ ਹੀ ਮੈਂ ਟੋਪਰ ਸੀ ਆਪਣੀ ਯੂਨੀਵਰਸਿਟੀ ਦੀ ਰਾਈਟ ਵਧੀਆ ਜੋਬ ਦਿੱਤੀ ਜਦੋਂ ਮੇਰੀ ਮੈਰਿਜ ਹੋਈ ਸੀ ਮੇਰੇ ਹਸਬੈਂਡ ਤੋਂ ਵੀ ਜ਼ਿਆਦਾ ਸੈਲਰੀ ਸੀ ਮੇਰੀ ਰਾਈਟ ਸੋ ਹੁਣ ਅੱਜ ਬਿਜ਼ਨਸ ਕਰਦੇ ਹਾਂ ਅਤੇ ਮੈਂ ਅਤੇ ਮੇਰੇ ਹਸਬੈਂਡ ਬੜਾ ਸਕਸੈਸਫੁਲੀ ਇੱਕ ਆਪਣੇ ਪੈਰਾਂ 'ਤੇ ਸਿਰ 'ਤੇ ਹੋ ਕੇ ਇੱਕ ਬਿਜ਼ਨਸ ਕਰ ਰਹੇ ਹਾਂ ਸੋ ਜਦੋਂ ਅਸੀਂ ਇੱਕ ਸੋਸ਼ਲ ਯੂਨੋ ਮਾਇੰਡ ਸੈਟਅਪ ਹੁੰਦਾ ਸਾਡਾ ਅਤੇ ਪੋਜ਼ਿਟਿਵਿਟੀ ਆਪਣੇ ਆਪ ਆਈ ਜਾਂਦੀ ਜਦੋਂ ਨਵੇਂ ਨਵੇਂ ਅਸੀਂ ਇਹੋ ਜਿਹੇ ਏਰੀਆਸ 'ਚ ਜਾਂਦੇ ਹਾਂ ਜਾਂ ਨਵੇਂ ਨਵੇਂ ਜਿਹੜੇ ਜਿਹਨਾਂ ਨੂੰ ਲੋੜ ਹੁੰਦੀ ਉਹਨਾਂ ਦੀ ਅਸੀਂ ਹੈਲਪ ਕਰਦੇ ਹਾਂ ਅਤੇ ਮੈਨੂੰ ਲੱਗਦਾ ਕਿ ਇੱਕ ਪੋਜ਼ਿਟਿਵਿਟੀ ਔਰਾ ਆਪਣੇ ਆਪ ਬਣੀ ਜਾਂਦਾ ਸਾਡਾ ਖੁਦ ਮਨ ਕਰਦਾ ਕਿ ਇੱਕ ਅੱਛਾ ਬਿਜ਼ਨਸ ਕਰੀਏ ਦਸਵੰਧ ਕੱਢੀਏ ਅਤੇ ਵਾਕਈ ਦੂਸਰਿਆਂ ਦੀ ਜਿਹੜੀ ਆ ਉਹ ਹੈਲਪ ਕਰੀਏ ਅਤੇ ਫਿਰ ਜਦੋਂ ਇਸ ਪਾਸੇ ਲੱਗ ਜਾਓ ਤਾਂ ਫਿਰ ਮਨ ਕਰਦਾ ਕਿ ਹੋਰ ਵਧੀਆ ਵਧੀਆ ਕਰੀਏ ਰੈਸਟ ਆਪਣੇ ਫਾਦਰ ਨੂੰ ਦੇਖ ਕੇ ਬੜੀ ਬੇਸਿਕ ਬੈਕਗਰਾਊਂਡ ਮੇਰੇ ਫਾਦਰ ਦੀ ਪਿੰਡ ਵਿੱਚ ਆਟਾ ਚੱਕੀ ਤੋਂ ਇਹਨਾਂ ਮੇਰੇ ਪਾਪਾ ਚਲਾਉਂਦੇ ਸੀ ਅਤੇ ਹੁਣ ਵੀ ਚਲਾਉਂਦੇ ਆ ਆਪਣੇ ਸ਼ੌਂਕ ਨੂੰ ਚਲਾਉਂਦੇ ਆ ਹੁਣ ਲੋੜ ਵੀ ਨਹੀਂ ਅਤੇ ਉਹਨਾਂ ਵੱਲ ਵੇਖ ਵੇਖ ਕੇ ਕਿ ਇੱਕ ਜਦੋਂ ਯੂਨੋ ਨੋਰਮਲ ਇੱਕ ਪਿੰਡ ਦਾ ਇਨਸਾਨ ਇੰਨਾ ਪੋਜ਼ਿਟਿਵ ਹੋ ਸਕਦਾ ਕਿ ਆਪਣੇ ਬੱਚਿਆਂ ਨੂੰ ਇੱਥੋਂ ਤੱਕ ਲੈ ਕੇ ਆ ਸਕਦਾ ਅਤੇ ਫਿਰ ਅਸੀਂ ਪੋਜ਼ਿਟਿਵ ਜਿਹੜਾ ਉਹ ਕਿਉਂ ਨਾ ਰਹੀਏ ਸੋ ਸੰਘਰਸ਼ ਜਿਹੜਾ ਉਹ ਚੱਲਦਾ ਹੀ ਰਹਿੰਦਾ ਹੈ ਅਤੇ ਮੇਰਾ ਮੰਨਣਾ ਕਿ ਸੰਘਰਸ਼ ਕਰਨਾ ਹੀ ਜਿਹੜਾ ਵਾ ਉਹ ਐਕਚੁਅਲ ਲਾਈਫ ਹੈ ਜਿਹੜੀ ਸਾਨੂੰ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਤੋਂ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਕਿਉਂਕਿ ਅੱਜ ਦਾ ਯੂਥ ਕਿਤੇ ਨਾ ਕਿਤੇ ਡੋਲ ਜਾਂਦਾ ਥੱਕ ਜਾਂਦਾ ਮੁਸ਼ਕਲਾਂ ਨੂੰ ਦੇਖ ਕੇ ਬਿਲਕੁਲ ਅਤੇ ਬਾਕੀ ਜੇ ਮੈਂ ਤੁਹਾਨੂੰ ਕਹਾਂ ਵੀ ਜਿੱਦਾਂ ਤੁਸੀਂ ਮੈਂ ਪਹਿਲੇ ਵੀ ਗੱਲ ਕੀਤੀ ਤੁਸੀਂ ਯੰਗ ਹੋ ਤੁਸੀਂ ਯੂਥ ਹੋ ਅਤੇ ਤੁਸੀਂ ਆਪਦੇ ਫੋਕਸ ਨੂੰ ਫੋਕਸ ਕਰਕੇ ਚੱਲ ਰਹੇ ਹੋ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜੋ ਲੋਕ ਭਟਕੇ ਹੋਏ ਨੇ ਅਤੇ ਇੱਕ ਸਹੀ ਮੁਕਾਮ ਅਤੇ ਮੰਜ਼ਿਲ ਦੀ ਤਲਾਸ਼ ਕਰ ਰਹੇ ਨੇ ਸੋ ਹਰ ਇੰਟਰਵਿਊ 'ਚ ਮੇਰਾ ਤਕਰੀਬਨ ਮੈਸੇਜ ਹੁੰਦਾ ਕਿ ਤੁਸੀਂ ਕਿਰਤ ਕਰੋ ਦਸਵੰਧ ਕੱਢੋ ਅਤੇ ਯੂਨੋ ਫਿਰ ਸੋਸ਼ਲ ਵਰਕ ਵੱਲ ਜਾਓ ਬਟ ਤੁਹਾਡੇ ਚੈਨਲ ਥਰੂ ਮੈਂ ਅੱਜ ਹੋਰ ਵੀ ਯੂਨੋ ਇੱਕ ਡਿਫਰੈਂਟ ਮੈਸੇਜ ਦੇਣਾ ਚਾਹਾਂਗੀ ਕਿ ਆਪਣੇ ਆਪ 'ਤੇ ਵਿਸ਼ਵਾਸ ਕਰੋ ਅਤੇ ਆਪਣਾ ਜਿਹੜਾ ਕਰੰਟ ਸਿਚੁਏਸ਼ਨ ਆ ਜਾਂ ਕਰੰਟ ਜਿਹੜਾ ਮਾਹੌਲ ਆ ਜਾਂ ਕਰੰਟ ਜਿੱਥੇ ਅਸੀਂ ਹੁਣ ਰਹਿ ਰਹੇ ਹਾਂ ਆਪਣੇ ਅੰਦਰ ਵਿਸ਼ਵਾਸ ਕਰੋ ਅਤੇ ਉਹਦੇ 'ਤੇ ਵੀ ਵਿਸ਼ਵਾਸ ਕਰੋ ਕਿ ਨਹੀਂ ਅਸੀਂ ਇੱਥੇ ਰਹਿ ਕੇ ਵੀ ਕੁਛ ਕਰ ਸਕਦੇ ਹਾਂ ਸੋ ਆਪਣੀ ਲਾਈਫ ਨੂੰ ਜਿੰਨਾ ਸਿੰਪਲ ਕਰ ਸਕੀਏ ਉਹਨੂੰ ਸਿੰਪਲ ਕਰੀਏ ਰਾਈਟ ਸੋ ਸਿੰਪਲੀਸਿਟੀ ਨੂੰ ਇੰਜੋਏ ਕਰੋ ਅਤੇ ਚੱਕਾ ਚੌਣ ਤੋਂ ਨਾ ਇੰਪ੍ਰੈਸ ਹੋ ਕਿਉਂਕਿ ਹਮੇਸ਼ਾ ਹੀ ਉਹ ਟੈਂਪਰੇਰੀ ਹੁੰਦੀ ਆ ਅਤੇ ਵਾਕਈ ਮੇਰਾ ਅੰਦਰੋਂ ਮਨ ਕਰਦਾ ਕਿ ਠੀਕ ਆ ਤੁਸੀਂ ਘੁੰਮਣਾ ਵਾ ਦੁਨੀਆ 'ਚ ਜਾਂ ਰਹਿਣਾ ਵਾ ਤੁਸੀਂ ਹਰ ਜਗ੍ਹਾ ਜਾਓ ਜੀ ਸਦਕੇ ਜਾਓ ਬਟ ਇਸ ਤਰ੍ਹਾਂ ਨਾ ਜਾਓ ਕਿ ਤੁਸੀਂ ਆਪਣਾ ਦੇਸ਼ ਬਿਲਕੁਲ ਛੱਡ ਕੇ ਇਹਨੂੰ ਕਿਸੇ ਹੋਰ ਦੇ ਹੀ ਹੋਗੇ ਜੇ ਸੋ ਜਿਹੜਾ ਸਾਨੂੰ ਇਸ ਮਿੱਟੀ ਨੇ ਪਾਲਿਆ ਪੋਸਿਆ ਸਾਨੂੰ ਯੂਨੋ ਅੰਦਰੋਂ ਰਿਸਪੈਕਟ ਹੋਣੀ ਚਾਹੀਦੀ ਹੈ ਅਤੇ
ਕੁਛ ਨਾ ਕੁਛ ਜਿਹੜਾ ਵਾ ਆਪਣੇ ਹਾਂ ਉੱਤੇ ਵਿਸ਼ਵਾਸ ਕਰਕੇ ਕਿ ਨਹੀਂ ਅਸੀਂ ਇੱਥੇ ਵੀ ਕੁਛ ਕਰ ਸਕਦੇ, ਕਿਉਂਕਿ ਚੰਗੇ ਲੋਕਾਂ ਦੇ ਨਾਲ ਹੀ ਦੁਨੀਆ ਜਿਹੜੀ ਟਿੱਕੀ ਹੋਈ ਹੈ ਅਤੇ ਚੰਗੇ ਲੋਕਾਂ ਕਰਕੇ ਅੱਜ ਪੰਜਾਬ ਜਿਹੜਾ ਉਹ ਟਿੱਕਿਆ ਹੋਇਆ ਰਾਈਟ। ਸੋ ਇਹਨੂੰ ਬਿਹਤਰ ਕੀਤਾ ਜਾ ਸਕਦਾ ਹੈ ਅਤੇ ਬਿਹਤਰ ਹੋ ਸਕਦਾ ਹੈ ਜੇ ਸਾਡੀ ਸੋਚ ਬਿਹਤਰ ਹੋ ਜਾਵੇ। ਚਲੋ ਉਮੀਦ ਕਰਦੇ ਹਾਂ ਕਿ ਜੋ ਤੁਹਾਡਾ ਮੈਸੇਜ ਹੈ ਚੰਗਾ ਬਣਨਾ ਅਤੇ ਸਿੰਪਲ ਰਹਿਣਾ ਉਹਦੇ ਉੱਤੇ ਜੋ ਵਿਊਅਰ ਸਾਡੇ ਦੇਖ ਰਹੇ ਉਹ ਗੌਰ ਕਰਨਗੇ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਪੰਜਾਬੀ ਖਿੜਕੀ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਸਭ ਤੋਂ ਪਹਿਲਾਂ ਅਪਡੇਟ ਪਾਉਣ ਲਈ।